ਸਮਝ ਲੱਗ ਜਾਏ ਤੁਹਾਨੂੰ ਇਹਦਾ ਮਤਲਬ ਕੀ ਹੈ। ਲੋਕੀ ਕਹਿੰਦੇ ਕੁਲਦੀਪ ਰਧਾਵਾ ਗੱਲਾਂ ਬੜੀਆਂ ਕਰਦਾ, ਤੇ ਕਈ ਕਹਿੰਦੇ ਕੱਲੇ ਗੱਲਾਂ ਹੀ ਕਰਦਾ ਨਾ, ਜਿਹੜੇ ਇੱਥੋਂ ਕੰਮ ਲੈਂਦੇ ਆ। ਤੇ ਆਹ ਜਿਹੜਾ ਗੀਤ ਆ, ਹੁਣ ਦੋ ਸ਼ਰਾਬੀ ਆਂਢ ਗੁਆਂਢ ਰਹਿੰਦੇ ਆ, ਇੱਕ ਸ਼ਰਾਬੀ ਘਰ ਆਇਆ, ਉਹ ਕੁੱਤੇ ਖਾਣੀ ਘਰ ਵਾਲੀ ਨੇ ਕੀਤੀ ਕਿ ਮੂੰਹ ਦੇਣ ਜੋਗਾ ਨੀ ਪਿੰਡ ਦੇ ਵਿੱਚ, ਇੰਨੀ ਬੀਜਤੀ। ਤੇ ਦੂਜਾ ਸ਼ਰਾਬੀ ਘਰ ਆਇਆ ਤੇ ਉਹਦੀ ਘਰ ਵਾਲੀ ਪਤਾ ਕੀ ਕਹਿੰਦੀ, ਮੈਂ ਕਿਹਾ ਆ ਗਿਓ, ਹਾਂ ਮੈਂ ਪਾਣੀ ਲੈ ਕੇ ਆਉਣੀ ਠੰਡਾ, ਫਿਰ ਮੈਂ ਖਾਣਾ ਤਿਆਰ ਆ ਤੇ ਮੈਂ ਖਾਣਾ ਲੈ ਕੇ ਆਉਣੀ ਹੈ। ਠੀਕ ਆ, ਠੀਕ ਹੈ ਨਾ, ਤੁਸੀਂ ਏਦਾਂ ਰਿਸਪੈਕਟ। ਤੇ ਉਹ ਆਂਦਾ ਵੀ ਮੈਂ ਬੜਾ ਹੈਰਾਨ ਆ ਵੀ ਤੂੰ ਇੰਨੀ ਰਿਸਪੈਕਟ ਕਰਦੀ ਹੈ ਮੇਰੀ, ਇੰਨੀ ਇੱਜ਼ਤ ਕਰਦੀ ਹੈ, ਆ ਨਾ ਦਾ ਗਵਾਂਢੀ ਉਹਦੀ ਘਰ ਵਾਲੀ ਇੰਨੀ ਕੁੱਤੇ ਖਾਣੀ ਕਰਦੀ ਆ, ਇਹਦਾ ਮਤਲਬ ਦੱਸ ਕੀ ਆ। ਤੇ ਉਹਦੇ ਦਿਮਾਗ ਪਤਾ ਕਿਹੜੀ ਗੱਲ ਸੀ ਵੀ ਪਿਆਰ ਨਾਲ ਬੰਦੇ ਨੂੰ ਮਾਰਿਆ ਜਾਂਦਾ, ਤੇ ਉਹ ਧੱਕੇ ਨਾਲ ਗਾਲਾਂ ਕੱਢ ਕੇ ਛਡਾਉਣਾ ਚਾਹੁੰਦੀ ਸ਼ਰਾਬ ਤੇ, ਉਹ ਪਿਆਰ ਨਾਲ ਛਡਾਉਣਾ ਚਾਹੁੰਦੀ ਆ। ਦੱਸਦੀ ਨੀ ਆਪਣੇ ਘਰ ਵਾਲੇ ਨੂੰ ਵੀ ਗੱਲ ਕੀ ਆਉਂਦੀ ਨੀ, ਵੈਸੇ ਮੈਂ ਤੁਹਾਡੀ ਰਿਸਪੈਕਟ ਕਰਦੀ ਹਾਂ, ਤੁਹਾਡੀ ਇੱਜ਼ਤ ਕਰਦੀ ਹਾਂ, ਕੋਈ ਗੱਲ ਨੀ। ਲਓ ਜੀ, ਹੁਣ ਉਹ ਆਪਣੀ ਘਰ ਵਾਲੀ ਨੂੰ ਪੁੱਛਣ ਲੱਗਾ ਕਿ ਇਹਦਾ ਮਤਲਬ ਦੱਸ, ਤੇ ਉਹ ਦੱਸਦੀ ਨੀ ਗੀ, ਐਂਡ ਤੱਕ ਨੀ ਦੱਸਦੀ। ਸੁਣਿਓ, ਹਾਂਜੀ, ਤੇਰਾ ਕਿੱਦਾਂ ਦਾ ਸਵਾਨੀ ਤੇ, ਤੇਰਾ ਕਿੱਦਾਂ ਦਾ ਸਵਾਨੀ ਮੇਰੀ ਪੀਤੀ ਦੇ ਵਿਚਾਰ, ਤੇਰਾ ਕਿੱਦਾਂ ਦਾ ਸਵਾਨੀ ਮੇਰੀ ਪੀਤੀ ਦੇ ਵਿਚਾਰ, ਗਵਾਂਢਣ ਸੜਦੀ ਆ ਸੜਦੀ ਆ, ਉਹ ਰੋਜ਼ ਰਾਤ ਨੂੰ ਘਰ ਵਾਲੇ ਨਾਲ ਲੜਦੀ ਆ, ਉਹ ਰੋਜ਼ ਰਾਤ ਨੂੰ ਘਰ ਵਾਲੇ ਨਾਲ ਲੜਦੀ ਆ। ਮੈਂ ਤਾਂ ਕਹਿੰਦਾ ਬੋਲੋ ਕਿਸ ਹਿਸਾਬ ਦਾ, ਹਾਂਜੀ ਹਾਂਜੀ ਬਣ ਗਏ। ਜਦੋਂ ਹੋ ਜੇ ਅੱਖੋਂ ਓਲੇ ਮੇਰੇ ਨਰਮ ਕਾਲ ਜਾ ਡੋਲ ਨਾ ਸਕਦੀ ਚਰਮਾਈਆ, ਕਿਤੇ ਆਪਣੀ ਨਜ਼ਰ ਨਾ ਲੱਗ ਜਾ।
ओ तेरे वर्गिया नारा तो रब सब नू देवे नी पर बिना किस्म तो किथे मिलदे मिठे मेवे नी ओ तेरे वर्गिया नारा तो रब सब नू देवे नी पर बिना किस्म तो किथे मिलदे मिठे मेवे नी जे तू नी मंदा बोली ਅਸੀਂ ਨਹੀਂ ਰੰਦਾ ਵੇ ਕਹਿਣਾ ਵਿੱਚ ਛੱਡ ਦੇ ਸੰਧੂ ਨਾਲ ਬਹਿਣਾ